ਕਾਰਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਤੁਹਾਡੇ ਐਮੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਾਲੀਵੁੱਡ ਪੋਲੀਵੁੱਡ ਗੋਸਿਪ ਦੇ ਵਿੱਚ ਹੋਰ ਗੋਸਿਪ ਲੈ ਕੇ ਤੁਹਾਡੇ ਵਿੱਚ ਹਾਜ਼ਰ ਹਾਂ। ਸਿੱਧੂ ਮੂਸੇਵਾਲਾ, ਭਾਵੇਂ ਲਿਖਤ ਦੀ ਗੱਲ ਹੋਵੇ ਜਾਂ ਹੋਵੇ ਗੱਲ ਗਾਇਕੀ ਦੀ, ਸਿੱਧੂ ਮੂਸੇਵਾਲਾ ਦੀ ਬਹੁਤ ਵੱਡੀ ਫੈਨ ਫੋਲੋਇੰਗ ਹੈ। ਅਤੇ ਗੱਲ ਕਰੀਏ ਸਿੱਧੂ ਮੂਸੇਵਾਲਾ ਦੀ, ਲੇਟੈਸਟ ਸੌਂਗ ਜੋ ਉਹਨਾਂ ਦਾ ਆਇਆ ਸੀ ਸਾਗਾ ਮਿਊਜ਼ਿਕ ਦੀ ਕੋਲੈਬੋਰੇਸ਼ਨ ਦੇ ਵਿੱਚ, ਉਹ ਇੱਕ ਸੁਪਰ ਡੁਪਰ ਹਿੱਟ ਟਰੈਕ ਰਿਹਾ। ਵੈਸੇ ਅਗਰ ਗਾਣੇ ਦੀ ਗੱਲ ਕਰੀਏ, ਗਾਣਾ ਸੀਗਾ ਸੇਮ ਬੀਫ, ਜਿਹਦੇ ਵਿੱਚ ਬੋਹੀਮੀਆ ਸਿੱਧੂ ਮੂਸੇਵਾਲਾ ਅਤੇ ਸਾਗਾ ਮਿਊਜ਼ਿਕ ਦੀ ਕੋਲੈਬੋਰੇਸ਼ਨ ਸੀ। ਗਾਣਾ ਇੱਕ ਸੁਪਰ ਡੁਪਰ ਹਿੱਟ ਟਰੈਕ ਰਿਹਾ। ਹੁਣ ਗੱਲ ਕਰਦੇ ਹਾਂ ਫੈਨਸ ਦੀ ਸਿੱਧੂ ਮੂਸੇਵਾਲਾ। ਸਿੱਧੂ ਮੂਸੇਵਾਲਾ ਦਾ ਹਾਲ ਹੀ ਦੇ ਵਿੱਚ ਇੱਕ ਵੀਡੀਓ ਕਾਫੀ ਵਾਇਰਲ ਹੋਇਆ ਸੀ, ਜਿਹਦੇ ਵਿੱਚ ਜੈਸਮਿਨ ਸੈਂਡਲਸ ਕਹਿ ਰਹੇ ਸੀ ਕਿ ਉਹ ਸਿੱਧੂ ਮੂਸੇਵਾਲੇ ਦੇ ਮਿਊਜ਼ਿਕ ਨੂੰ ਬਹੁਤ ਪਸੰਦ ਕਰਦੇ ਨੇ। ਅਤੇ ਆਪਣੇ ਜਨਮ ਦਿਨ ਦੀ ਪਾਰਟੀ ਦੇ ਵਿੱਚ ਉਹਨਾਂ ਨੇ ਵੀ ਸਿੱਧੂ ਮੂਸੇਵਾਲਾ ਨੂੰ ਕੁਝ ਇਹੋ ਜਿਹਾ ਕਿਹਾ ਕਿ ਸਿੱਧੂ ਮੂਸੇਵਾਲਾ ਸ਼ਰਮਾ ਗਏ। ਅੱਛਾ, ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ, ਤੇਰੇ ਮਿਊਜ਼ਿਕ ਨੂੰ, ਤੇਰੀ ਪਰਸਨੈਲਿਟੀ ਨੂੰ, ਤੇਰੀ ਔਰਾ ਨੂੰ। ਤੂੰ ਮੈਨੂੰ ਕਿੰਨਾ ਪਿਆਰ ਕਰਦਾ? ਇਸ ਤੋਂ ਬਾਅਦ ਮਾਡਲ ਟਰਨਡ ਸਿੰਗਰ ਸ਼ਹਿਨਾਜ਼ ਗਿੱਲ, ਜਿਨ੍ਹਾਂ ਦੀ ਆਪਣੀ ਇੱਕ ਬਹੁਤ ਵੱਡੀ ਫੈਨ ਫੋਲੋਇੰਗ ਹੈ, ਲੋਕ ਉਹਨਾਂ ਨੂੰ ਬਹੁਤ ਪਿਆਰ ਕਰਦੇ ਨੇ, ਅਤੇ ਇੱਕ ਵੀਡੀਓ ਉਹਨਾਂ ਨੇ ਵੀ ਸ਼ੇਅਰ ਕੀਤਾ। ਤੁਹਾਨੂੰ ਇੱਕ ਗੱਲ ਦੱਸਾਂ ਸੱਚੀ? ਤੁਹਾਨੂੰ ਪਤਾ ਜਦੋਂ ਕੁੜੀ ਕੋਈ ਹਰਟ ਹੁੰਦੀ ਆ, ਉਹਦਾ ਬ੍ਰੇਕਅਪ ਹੁੰਦਾ ਵਾ, ਜਾਂ ਕੋਈ ਵੀ ਚੱਕਰ ਪੈਂਦਾ, ਹੈ ਨਾ, ਵੀ ਮਤਲਬ ਉਹਦਾ ਦਿਲ ਨਹੀਂ ਲੱਗਦਾ, ਤੁਹਾਨੂੰ ਪਤਾ ਉਹ ਕਿਹੜੇ ਸਿੰਗਰ ਨੂੰ ਸੁਣਦੀ ਆ ਸਭ ਤੋਂ ਜ਼ਿਆਦਾ? ਸੈਡ ਗਾਣੇ ਵਾਲੇ ਨੂੰ? ਨਾ, ਸੈਡ ਸੌਂਗ ਨਹੀਂ ਸੁਣਦੀ ਉਹ, ਸਭ ਤੋਂ ਜ਼ਿਆਦਾ ਸੁਣਦੀ ਆ ਸਿੱਧੂ ਮੂਸੇਵਾਲੇ ਨੂੰ। ਉਹਦਾ ਰੀਜ਼ਨ ਇਹ ਆ ਕਿ ਉਹਦੇ ਗਾਣੇ ਬੂਸਟ ਕਰਦੇ ਆ, ਪੰਪ ਕਰਦੇ ਆ, ਨੈਕਸਟ ਲੈਵਲ ਐਨਰਜੀ ਦਿੰਦੇ ਆ, ਵੀ ਟੈਨਸ਼ਨ ਨਹੀਂ ਲੈਣੀ, ਕੋਈ ਚੱਕਰ ਨਹੀਂ। ਮਤਲਬ ਮੈਂ ਹੁੰਦੀ ਆ ਨਾ ਜਿਹੜੀ, ਉਹ ਆ ਜਾਂਦੀ ਬੰਦੇ 'ਚ ਵੀ ਬਸ ਤੂੰ ਆ ਜੋ ਆ, ਬਾਕੀ ਦੁਨੀਆਂ 'ਚ ਕੁਛ ਹੈ ਹੀ ਨਹੀਂ, ਇਕੱਲੇ ਆਏ ਹਾਂ, ਇਕੱਲੇ ਹੀ ਜਾਣਾ ਵਾ ਲਾਈਫ 'ਚ। ਸੋ ਬੈਟਰ ਇੰਜੋਏ ਕਰੋ ਲਾਈਫ, ਕੀਪ ਕਾਮ ਐਂਡ ਲਿਸਨ ਸਿੱਧੂ ਮੂਸੇਵਾਲਾ। ਕੀ ਸੀ ਗਾਣਾ ਆਪਣਾ? ਦੁੱਕੀ ਤਿੱਕੀ ਪੂਰੀ ਠੋਕ ਠੋਕ ਰੱਖਦਾ, ਡੇਂਜਰ ਤੇ ਜਾਣ ਲੈਵਾ ਸ਼ੌਂਕ ਰੱਖਦਾ, ਦੂਰੀ ਫੋਟ। ਵੈਸੇ ਗੱਲ ਸੱਚ ਹੈ ਬਾਈ, ਸਿੱਧੂ ਮੂਸੇਵਾਲਾ ਦੀ ਇਸ ਟਾਈਮ ਪੂਰੀ ਫੁੱਲ ਔਨ ਚੜ੍ਹਾਈ ਚੱਲ ਰਹੀ ਹੈ, ਤਾਂ ਸਾਡੇ ਵੱਲੋਂ ਫਿਊਚਰ ਪ੍ਰੋਜੈਕਟਸ ਲਈ ਸਿੱਧੂ ਬਾਈ ਨੂੰ ਬਹੁਤ ਬਹੁਤ ਬੈਸਟ ਵਿਸ਼ਿਸ। ਮੈਂ ਆਵਾਂਗਾ ਫਿਰ ਤੋਂ ਲੈ ਕੇ ਕੋਈ ਨਵਾਂ ਅਪਡੇਟ, ਤੁਸੀਂ ਦੇਖਦੇ ਰਹੋ ਚੈਨਲ ਸ਼ਾਨ ਪੰਜਾਬੀ। ਅਤੇ ਹਾਂ, ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਤਾਂ ਕਿ ਇਹੋ ਜਿਹੀਆਂ ਅਪਡੇਟਸ ਤੁਹਾਨੂੰ ਮਿਲਦੀਆਂ ਰਹਿਣ। ਉਹ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਅਪਡੇਟਸ ਮਿਲਦੀਆਂ ਰਹਿਣ, ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਿਓ। ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ, ਮਾਣ ਪੰਜਾਬ ਦਾ।